ਨਿਕਿਤਾ ਦੇ ਵੱਲੋਂ ਕਮਲ ਕੌਰ ਦੇ ਬਾਰੇ ਵਿੱਚ ਇੱਕ ਵੀਡੀਓ ਪਾਈ ਗਈ ਸੀ। ਉਹ ਵੀਡੀਓ ਕਿਹੜੀ ਸੀ ਤੁਸੀਂ ਇੱਕ ਵਾਰ ਜ਼ਰੂਰ ਵੇਖਿਓ। ਆ ਲੋਕਾਂ ਨੂੰ ਕੱਪੜੇ ਚੱਕ ਕੇ ਆਪਣਾ ਢਿੱਡ ਦਿਖਾਉਂਦੀ ਐ, ਸਭ ਤੋਂ ਵੱਧ ਗੰਦ ਪਾਇਆ ਇੰਸਟਾ ਤੇ। ਤੂੰ ਦੱਸ ਕਿਹੜੀ ਚੰਗੀ ਗੱਲ ਸਿਖਾਉਂਦੀ ਐ? ਜੇ ਮਿਲਿਆ ਤੈਨੂੰ ਹੁਸਨ ਚੱਜਦਾ ਤਾਂ ਗੁਰੂ ਘਰ ਜਾ ਕੇ ਸ਼ੁਕਰ ਗੁਜ਼ਾਰ ਕਰਿਆ ਕਰ ਰੱਬ ਦਾ। ਆ ਲੋਕਾਂ ਦੀ ਸ਼ਰਮ ਤਾਂ ਕਿੱਲੇ ਤੇ ਹੁੰਦੀ ਐ, ਤੂੰ ਤਾਂ ਕਿੱਲੇ ਤੇ ਵੀ ਨੀ ਰੱਖਦੀ। ਆ ਕੁੜੀਆਂ ਤਾਂ ਹੋਰ ਵੀ ਇੰਸਟਾ ਤੇ ਵੀਡੀਓ ਬਥੇਰੀਆਂ ਪਾਉਂਦੀਆਂ, ਆ ਤੇਰੇ ਵਾਂਗੂ ਕੋਈ ਗੰਦ ਨੀ ਬਕਦੀ। ਚੱਲ ਇਸ ਤੋਂ ਬਾਅਦ ਕਮਲ ਕੌਰ ਨੇ ਜੋ ਜਵਾਬ ਦਿੱਤਾ ਉਹ ਵੀ ਤੁਸੀਂ ਜ਼ਰੂਰ ਵੇਖਿਓ। ਤੇ ਇੱਕ ਕੁੜੀ ਹੈਗੀ ਇੰਸਟਾਗ੍ਰਾਮ ਤੇ ਬੱਕਰੇ ਨੂੰ ਬੱਕੜਾ ਕਹਿਣ ਵਾਲੀ, ਉਹਨੇ ਇੱਕ ਰੀਲ ਪਾਈ ਸੀ ਆਪਣੇ ਇੰਸਟਾਗ੍ਰਾਮ ਦੇ ਉੱਤੇ ਕਿ ਮੈਂ ਜੀ ਇੰਸਟਾਗ੍ਰਾਮ ਤੇ ਗੰਦ ਪਾਉਂਦੀ ਹਾਂ ਤੇ ਮੈਂ ਕੱਪੜੇ ਲਾਉਂਦੀ ਹਾਂ, ਕਿੱਲ ਤੇ ਟੰਗਦੀ ਹਾਂ। ਉਹ ਗੱਲ ਸੋਹਣਾ ਹੈ, ਸਿੱਧੂ ਬਾਈ ਦੇ ਮਾਰਗ ਤੇ ਗਈ ਸੀਗੀ, ਉੱਥੇ ਹੱਸ ਹੱਸ ਕੇ ਇੰਟਰਵਿਊ ਦਿੰਦੀ ਪਈ ਸੀ। ਅੱਕਲ ਨੂੰ ਤੂੰ ਹੱਥ ਮਾਰ, ਠੀਕ ਆ, ਬੱਕਰੇ ਨੂੰ ਬੱਕੜਾ ਸ਼ਾਇਰੀਆਂ ਤਾਂ ਚੋਰੀਆਂ ਕਰਦੀਆਂ ਟਰੱਕਾਂ ਵਾਲੀ ਏ, ਤੇ ਹੋਰ ਤੈਨੂੰ ਦੇਣ ਦਾ ਬਹੁਤ ਸ਼ੌਂਕ ਆ, ਸਾਰੇ ਤੇਰੀ ਲੈਂਦੇ ਆ, ਠੀਕ ਆ, ਯੂਟਿਊਬ ਤੇ ਇੰਸਟਾ ਤੇ ਸਾਰੇ ਲੈਂਦੇ ਆ ਤੇਰੀ, ਤੇ ਤੂੰ ਮੈਨੂੰ ਦੇਣ ਆ ਗਈ, ਮੈਨੂੰ ਬਹੁਤ ਸ਼ੌਂਕ ਆ ਕੁੜੀਆਂ ਦਾ, ਦੇਖ ਤੂੰ ਹੱਥ ਲਾ ਲਾ ਕੇ ਦੇਖੇਂਗੀ ਬਣਿਆ ਕੀ ਆ ਤੇਰਾ। ਇਹ ਨਾ ਸਮਝੀ ਕਿ ਮੇਰੇ ਕੋਲ ਕੁਛ ਹੈ ਨਹੀਂ, ਮਾਰਕੀਟ 'ਚ ਬੜੇ ਵਧੇ ਵਧੀਆ ਵਧੀਆ ਸੰਦ ਆਉਂਦੇ ਆ, ਤੈਨੂੰ ਕੋਈ ਖੁਸ਼ ਕਰ ਦੂੰਗੀ ਹੈ। ਤੇ ਹੋਰ ਇੱਕ ਚਪੇੜ ਪਈ ਨਾ ਗੁਰਦਾਸਪੁਰ ਆ ਕੇ ਨਾ, ਇੱਕ ਚਪੇੜ ਇਹੋ ਜਿਹੀ ਮਾਰੂੰਗੀ ਨਾ, ਆ ਜਬੜਾ ਦੇਖਿਆ ਇਹ ਹਿੱਲ ਕੇ ਨਾ ਇੱਧਰ ਨੂੰ ਆ ਜਾਣਾ ਹੱਥ ਨੂੰ, ਐਡੀਆਂ ਐਡੀਆਂ ਤੇਰੀਆਂ ਬਾਹਾਂ, ਉਹ ਵੀ ਦੱਸ ਨਹੀਂ ਸਕਦੀ ਕਿਹਦੇ ਵਰਗੀਆਂ ਤੇਰੀਆਂ ਬਾਹਾਂ, ਠੀਕ ਆ, ਹੁਣ ਚੂਪੇ ਵਰਗਾ ਤੇਰਾ ਮੂੰਹ, ਤੈਨੂੰ ਤਾਂ ਚਾਹ ਚੜਬੋ ਕੇ ਮੈਂ ਇੱਦਾਂ ਖਾ ਜਾਂ, ਠੀਕ ਆ, ਓਹੋ ਫੂਕ ਮਾਰੋ ਤਾਂ ਉੱਡ ਜਾਏਗੀ, ਕਿੱਥੇ ਟੈਕਸੀ, ਤੂੰ ਉੱਤੇ ਟਰੱਕ ਨਾਲ ਭਿੜੀ ਜਾਂਦੀ ਹੈ, ਬਹਿ ਗਈ ਨਾ ਤੇਰੇ ਉੱਤੇ, ਤੇਰਾ ਤਾਂ ਗੂ ਨਿਕਲ ਜੂ।